इंसान चाहे कितना ही शातिर होवे, कितने भी लुक जावे, पर एक ना एक दिन सब फड़े जानगे। यहाँ पुलिस के वालों एक होर कार्रवाई की गई है, जिथे एक हमलावर नु गिरफ्तार किया गया है, जिसने पेट्रोल पंप के मालिक दी गोलियां चलाईयां सन। दो दिन पहला दी वारदात है, जदो तलवंडी साबो दे विच एक पेट्रोल पंप का मालिक अपने दो करिंदिया दे नाल गड्डी च सवार होके जांदा है, तो उसकी गड्डी दा पीछा दो बदमाशा दे वलों कीता जांदा है, जो राह विच रोक के इन्हां ते गोलियां चला दिंदे ने। पेट्रोल पंप दा मालिक ते दोवें करिंदे जख्मी हो जांदे ने, जिस तों बाद पुलिस नूं सूचित कीता जांदा है, ते पुलिस दे वलों फिर वख-वख टीमां बना के इन्हां हमलावरां दी ਪਾਲ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ, ਤੇ ਆਖਿਰਕਾਰ ਪੁਲਿਸ ਦੇ ਵੱਲੋਂ ਕਾਮਯਾਬੀ ਹਾਸਲ ਕਰਦਿਆਂ ਇੱਕ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸਦੇ ਕੋਲੋਂ ਅਸਲਾ ਅਤੇ ਵਾਰਦਾਤ ਲਈ ਵਰਤੀ ਗਈ ਗੱਡੀ ਵੀ ਬਰਾਮਦ ਕਰ ਲਈ ਹੈ, ਜਦਕਿ ਦੂਜਾ ਹਮਲਾਵਰ ਅਜੇ ਫਰਾਰ ਹੈ ਤੇ ਉਸਦੀ ਭਾਲ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ। ਇਹ ਮਾਮਲਾ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸੀ, ਜਿਸ ਨੂੰ ਲੈ ਕੇ ਫਾਇਰਿੰਗ ਕੀਤੀ ਗਈ ਤੇ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਇੱਕ ਹਮਲਾਵਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੱਸ ਦੇ ਕਿ ਤਲਵੰਡੀ ਸਾਬੋ ਦੇ ਵਿੱਚ ਕੰਪਲੈਕਸ ਦੇ ਸਾਹਮਣੇ ਹੀ ਕਾਰ ਚਾਲਕ ਨੇ ਦੂਸਰੀ ਕਾਰ ਵਿੱਚ ਬੈਠੇ ਪੈਟਰੋਲ ਪੰਪ ਮਾਲਕ ਤੇ ਉਸਦੇ ਤਿੰਨ ਮੁਲਾਜ਼ਮਾਂ ਤੇ ਫਾਇਰਿੰਗ ਕਰ ਦਿੱਤੀ ਸੀ, ਜਿਸ ਵਿੱਚ ਪੈਟਰੋਲ ਪੰਪ ਦਾ ਮਾਲਕ ਤੇ ਦੋ ਮੁਲਾਜ਼ਮ ਜ਼ਖਮੀ ਹੋਏ ਸਨ। ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਫਿਰ ਤਫਤੀਸ਼ ਸ਼ੁਰੂ ਕੀਤੀ ਗਈ, ਟੀਮਾਂ ਬਣਾਈਆਂ ਗਈਆਂ ਤੇ ਹਮਲਾਵਰਾਂ ਦੀ ਭਾਲ ਕੀਤੀ ਗਈ। ਸੋ ਦੋ ਹਮਲਾਵਰ ਦੱਸੇ ਜਾ ਰਹੇ ਨੇ, ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਹੈ, ਜਿਨ੍ਹਾਂ ਦੇ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਜਲਦ ਦੂਜਾ ਵੀ ਫੜਿਆ ਜਾਏਗਾ। ਇਹ ਕੱਲ ਜਿਹੜਾ ਹੈਗਾ 6:00 ਜਿਹੜਾ ਹੈਗਾ, ਕਿਉਂਕਿ 16/12/23 ਨੂੰ ਇੱਕ ਫਾਇਰਿੰਗ ਦੀ ਘਟਨਾ ਹੋਈ ਸੀ, ਜਿਹਦੇ ਵਿੱਚ ਜਿਹੜਾ ਜਗਵਿੰਦਰ ਸਿੰਘ ਨਾਂ ਦਾ ਇੱਕ ਵਿਅਕਤੀ ਜਿਹੜਾ ਹੈਗਾ, ਸ਼ੇਖਪੁਰੇ ਦਾ ਰਹਿਣ ਵਾਲਾ ਹੈਗਾ, ਇਹ ਆਪਣੀ ਕਾਰ ਦੇ ਵਿੱਚ ਜਿਹੜਾ ਹੈਗਾ ਆ ਰਿਹਾ ਸੀਗਾ, ਆਪਣੇ ਘਰ ਵੱਲ ਨੂੰ ਆ ਰਿਹਾ ਸੀਗਾ, ਤਲਵੰਡੀ ਸਾਬੋ ਵੱਲ ਨੂੰ ਸਿੰਘੋ ਤੋਂ, ਅਤੇ ਰਾਹ ਦੇ ਵਿੱਚ ਇਹਦੇ ਇੱਕ ਕਾਰ ਜਿਹੜੀ ਹੈਗੀ ਹੈ ਸਵਿਫਟ HR 5172 ਤੋਂ ਜਿਹੜਾ ਦੋ ਵਿਅਕਤੀ ਉਹ 'ਚ ਬੈਠੇ ਸੀਗੇ, ਉਹਨਾਂ ਨੇ ਫਾਇਰਿੰਗ ਕੀਤੀ, ਹਵਾਈ ਫਾਇਰ ਕੀਤੇ ਇੱਥੇ ਪਹਿਲਾਂ, ਅਤੇ ਇਹਨਾਂ ਨੇ ਉਹਦੇ ਪਿੱਛੇ ਗੱਡੀ ਲਾ ਲਈ, ਤਾਂ ਜਦੋਂ ਦੇਖਿਆ ਇਹਨਾਂ ਨੇ ਉਹਨਾਂ 'ਚੋਂ ਇੱਕ ਬੰਦਾ ਜਿਹੜਾ ਹੈਗਾ ਇਹਨਾਂ ਨੇ ਸੁਖਪਾਲ ਸਿੰਘ ਅਕਾਲੀ ਸਨ ਆਫ ਬਲਬੀਰ ਸਿੰਘ ਰੈਜੀਡੈਂਟ ਸਿੰਘੋ ਦੇ ਤੌਰ 'ਤੇ ਜਿਹੜਾ ਪਹਿਚਾਣਿਆ, ਅਤੇ ਦੂਜਾ ਜਿਹੜਾ ਹੈਗਾ ਉਹਦੇ ਨਾਲ ਇੱਕ ਰਮਣਾ ਜਿਹੜਾ ਬੈਣੀਵਾਲ ਦਾ ਹੈਗਾ ਕੋਈ ਵਿਅਕਤੀ, ਇਹ ਜਿਹੜਾ ਸੀਗਾ ਉਹਦੇ ਨਾਲ ਜਿਹੜਾ ਹੈਗਾ ਸੁਖਪਾਲ ਅਕਾਲੀ ਦੇ ਨਾਲ। ਅਤੇ ਇਹਦੇ ਸੰਬੰਧ 'ਚ ਇਹਨੇ ਜਗਵਿੰਦਰ ਸਿੰਘ ਨੇ ਦੱਸਿਆ ਵੀ ਜਿਹੜਾ ਹੈਗਾ ਇਹਨਾਂ ਨੇ ਬੰਦਿਆਂ ਨੇ ਉੱਥੇ ਫਾਇਰਿੰਗ ਕੀਤੀ ਹੈ, ਅਤੇ ਪਹਿਲਾਂ ਇਹਨਾਂ ਨੇ ਉੱਥੇ ਫਾਈ ਫਾਇਰ ਕੀਤੇ, ਅਤੇ ਜਦੋਂ ਗੱਡੀ ਮਗਰ ਲਾ ਕੇ ਇੱਥੇ ਆਏ ਅਤੇ ਜਿੰਦਰ ਡਾਕਟਰ ਤੋਂ ਥੋੜ੍ਹਾ ਜਿਹਾ ਪਹਿਲਾਂ ਜਿਹੜਾ ਹੈਗਾ ਇਹਨਾਂ ਨੇ ਆ ਕੇ ਜਿਹੜਾ ਹੈਗਾ ਜਿਹੜਾ ਰਮਣਾ ਇਹਨੇ ਆਪਣੀ ਰਾਈਫਲ ਨਾਲ ਉਹਨਾਂ 'ਤੇ ਫਾਇਰ ਕੀਤਾ, ਜਿਹਨਾਂ ਦੇ ਇਹਦਾ ਜਿਹੜਾ ਸ਼ੀਸ਼ਾ ਟੁੱਟ ਗਿਆ, ਅਤੇ ਬਾਕੀ ਜਿਹੜਾ ਹੈਗਾ ਸੁਖਪਾਲ ਕਾਲੀ ਨੇ ਆਪਣੇ ਰਿਵਾਲਵਰ ਨਾਲ ਫਾਇਰ ਕੀਤਾ, ਅਤੇ ਉਹਦੇ ਸੰਬੰਧ ਦੇ ਵਿੱਚ ਅਸੀਂ ਇੱਕ ਮੁਕੱਦਮਾ 269/16/12/23 ਅੰਡਰ ਸੈਕਸ਼ਨ 307, 427, 34 IPC 25/54/58 ਆਰਮਸ ਐਕਟ ਦਾ ਜਿਹੜਾ ਦਰਜ ਕੀਤਾ ਸੀਗਾ ਥਾਣਾ ਤਲਵੰਡੀ ਵਿਖੇ, ਜਿਹਦੇ ਸੰਬੰਧ ਦੇ ਵਿੱਚ ਅਸੀਂ ਜਿਹੜਾ ਇੱਥੇ ਅੱਜ ਜਿਹੜਾ ਇਹਨੂੰ ਮਾਣਯੋਗ SSP ਸਾਹਿਬ ਸ਼੍ਰੀ ਹਰਮਨਵੀਰ ਸਿੰਘ ਗਿੱਲ ਅਤੇ SPD ਸਾਹਿਬ ਅਜੇ ਗਾਂਧੀ ਜੀ ਦੀਆਂ ਹਦਾਇਤਾਂ 'ਤੇ ਜਿਹੜਾ ਟੀਮਾਂ ਬਣਾਈਆਂ ਸੀ ਵੱਖ ਵੱਖ ਇਹਨਾਂ ਨੂੰ ਅਰੈਸਟ ਕਰਨ ਲਈ, ਜਿਹਦੇ ਵਿੱਚੋਂ ਅਸੀਂ ਅੱਜ ਸਿੰਘੋ ਤੋਂ ਜਿਹੜਾ ਹੈਗਾ ਸੁਖਪਾਲ ਸਿੰਘ ਅਕਾਲੀ ਸਨ ਬਲਬੀਰ ਸਿੰਘ ਵਾਸੀ ਸਿੰਘੋ ਨੂੰ ਜਿਹੜਾ ਅਰੈਸਟ ਕਰ ਲਿਆ, ਅਤੇ ਇਹਦੇ ਤੋਂ ਅਸਲਾ ਜਿਹੜਾ ਹੈਗਾ ਰਾਈਫਲ ਅਤੇ ਇੱਕ ਜਿਹੜਾ 32 ਬੋਰ ਜਿਹੜਾ ਰਿਵਾਲਵਰ ਜਿਹੜਾ ਹੈਗਾ ਉਹ ਬਰਾਮਦ ਕਰ ਲਿਆ, ਅਤੇ ਜਿਹੜੀ ਵਾਰਦਾਤ ਦੇ ਵਿੱਚ ਇਹ ਕਾਰ ਵਰਤੀ ਸੀਗੀ ਸਵਿਫਟ ਜਿਹੜੀ ਹੈਗੀ ਹੈ ਰੰਗ ਚਿੱਟਾ HR 5172 BN 7272
ਇਹ ਵੀ ਜਿਹੜੀ ਹੈਗੀ ਹੈ ਰਿਕਵਰ ਕਰ ਲਈ ਹੈ। ਤੇ ਸਾਡੇ ਮਾਣਯੋਗ ਐਸ ਐਸ ਪੀ ਸਾਹਿਬ ਦੀਆਂ ਸਖ਼ਤ ਹਦਾਇਤਾਂ ਹੈਗੀਆਂ ਵੀ ਕਿਸੇ ਵੀ ਜਿਹੜਾ ਹੈਗਾ ਜਰਾਇਮ ਪੇਸ਼ਾ ਵਿਅਕਤੀ ਨੂੰ ਜਿਹੜਾ ਹੈਗਾ ਸਿਰ ਨਹੀਂ ਚੁੱਕਣ ਦੇਣਾ ਹੈਗਾ, ਤੇ ਇਹਨਾਂ ਨਾਲ ਸਖ਼ਤੀ ਨਾਲ ਜਿਹੜਾ ਹੈਗਾ ਅਮਲ ਵਰਤਾਰਾ ਕਰਨਾ ਹੈਗਾ ਤਾਂ ਕਿ ਆਮ ਪਬਲਿਕ ਜਿਹੜੀ ਹੈ ਚੈਨ ਨੂੰ ਅਮਨ ਨਾਲ ਜਿਹੜਾ ਹੈਗਾ ਆਪਣੀ ਜ਼ਿੰਦਗੀ ਬਤੀਤ ਕਰ ਸਕੇ। ਰੰਜਿਸ਼ ਕੀ ਸੀ ਸਰ ਇਹਨਾਂ ਦੀ? ਇਹਨਾਂ ਦੀ ਰੰਜਿਸ਼ ਇਹ ਸੀਗੀ, ਜਗਵਿੰਦਰ ਸਿੰਘ ਨੇ ਦੱਸਿਆ ਸੀਗਾ ਵੀ ਇਹਨਾਂ ਨੇ ਕੋਈ ਪੈਸੇ ਪੂਸੇ ਲੈਣੇ ਸੀਗੇ ਸੁਖਪਾਲ ਅਕਾਲੀ ਤੋਂ, ਜਿਹਦੇ ਸੰਬੰਧ 'ਚ ਇਹਨਾਂ ਦੀ ਆਪਸ 'ਚ ਫੋਨ 'ਤੇ ਪਹਿਲਾਂ ਕੋਈ ਕਿਹਾ ਸੁਣੀ ਹੋਈ ਸੀ ਅਤੇ ਕਾਫੀ ਬਹਿਸ ਹੋਈ ਸੀਗੀ, ਜਿਹਦੇ ਸੰਬੰਧ ਦੇ ਵਿੱਚ ਇਹ ਕੱਲ੍ਹ ਜਦੋਂ ਆ ਰਿਹਾ ਸੀ ਤਾਂ ਇਹਦੇ 'ਤੇ ਜਿਹੜੀ ਹੈਗੀ ਉਹਨਾਂ ਨੇ ਫਾਇਰ ਕੀਤਾ। ਵੈਪਨ ਲਾਇਸੈਂਸੀ ਸੀ ਕਿ ਗੈਰ ਲਾਇਸੈਂਸੀ? ਉਹ ਹਾਲੇ ਜਿਹੜਾ ਹੈਗਾ ਕਰ ਰਹੇ ਆ, ਪੜਤਾਲ ਕਰ ਰਹੇ ਹੈਗੇ ਆ, ਉਹ ਹਾਲੇ ਅਰੈਸਟ ਰੀਸੈਂਟਲੀ ਕੀਤੀ ਹੈਗੀ ਹੈ ਅਤੇ ਉਹ ਤਫਤੀਸ਼ ਚੱਲ ਰਹੀ ਹੈ।